ਹੁਸ਼ਿਆਰਪੁਰ ਤੇ ਕਰੋਨਾ ਕਰਕੇ ਜਾਨ ਗਵਾਉਣ ਵਾਲੇ ਪਿੰਡ ਮੋਰਾਵਾਲੀ ਦੇ ਹਰਭਜਨ ਸਿੰਘ ਦੀ ਧਰਮਪਤਨੀ ਪਰਮਜੀਤ ਕੌਰ ਨੂੰ ਅੱਜ ਕਰੋਨਾ ਤੇ ਜਿੱਤ ਹਾਸਲ ਕਰਦੇ ਹੋਏ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਤੋਂ ਛੁੱਟੀ ਮਿਲੀ ਹੈ। ਪਰਮਜੀਤ ਕੌਰ ਆਪਣੇ ਜੀਵਨ ਸਾਥੀ ਦੇ ਆਖਰੀ ਪਲਾਂ ਵਿੱਚ ਸਾਥ ਨਾ ਦੇਣ ਤੇ ਦੁੱਖ ਜ਼ਾਹਰ ਕੀਤਾ ਹੈ। ਉੱਥੇ ਉਹਨਾਂ ਨੇ ਸਿਹਤ ਮਹਿਕਮੇ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਪਰਮਜੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾਕਟਰ ਜਸਵਿੰਦਰ ਸਿੰਘ ਅਤੇ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਨੇ ਕਿਹਾ। ਮੰਮੀ ਵੀ ਇੱਕ ਨੂੰ ਆਈ ਸੀ ਅਸੀਂ ਸਾਡੇ ਠੀਕ ਕਿਸੇ ਗੱਲ ਹਾਂਜੀ, ਪਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਲੈ ਗਏ ਸੀਗੇ ਅੰਮ੍ਰਿਤਸਰ। ਅੰਮ੍ਰਿਤਸਰ ਲੈ ਗਏ ਤਾਂ ਉਹ ਕਹਿੰਦੇ ਸੀ ਮੇਰੀ ਸੇਵਾ ਤਾਂ ਬਹੁਤ ਹੁੰਦੀ ਆ ਵੀ, ਪਰ ਬਾਅਦ 'ਚ ਮੈਨੂੰ ਕੋਈ ਬੰਦਾ ਚਾਹੀਦਾ ਕੋਲ। ਫਿਰ ਉਹ ਬਾਕੀ ਇਹਦਾ ਦੂਜਾ ਨਹੀਂ ਸੀ ਹੋਇਆ, ਮੇਰੇ ਕੋਲ ਨਹੀਂ ਸੀ ਹੋਇਆ ਹੈਗਾ, ਟੈਸਟ ਨਹੀਂ ਸੀ ਹੋਇਆ ਇਹਦੇ, ਤਾਂ ਕਰਕੇ ਜਾ ਨਹੀਂ ਸਕਿਆ। ਇਕੱਲੇ ਕਰਕੇ ਟੈਨਸ਼ਨ ਠੀਕ ਰਹੀ ਹੁੰਦੀ ਅਸੀਂ। ਤੁਹਾਨੂੰ ਦਵਾਈ ਰੋਟੀ? ਹਾਂਜੀ, ਦਵਾਈ ਸਾਨੂੰ ਠੀਕ ਮਿਲਦੀ ਰਹੀ, ਸਾਨੂੰ ਸਾਡੀ ਸੇਵਾ ਹੁੰਦੀ ਰਹੀ। ਹਾਂਜੀ, ਰੋਟੀ ਪਾਣੀ ਵੀ ਸਾਨੂੰ ਠੀਕ ਮਿਲਦੀ ਰਹੀ ਹੈ, ਅਸੀਂ ਵੀ ਠੀਕ ਰਹੇ ਇੱਥੇ, ਸਾਡੀ ਸੇਵਾ ਚੱਲਦੀ ਰਹੀ ਜੋ ਅਸੀਂ ਵਿਭਾਗ ਦਾ ਸਿਹਤ ਵਿਭਾਗ ਦਾ। ਹਾਂਜੀ, ਤੁਹਾਨੂੰ ਦਵਾਈਆਂ ਫਰੀ ਰੋਟੀ? ਸਾਡੀ ਦਵਾਈ ਰੋਟੀ ਸਾਰੀ ਦਿੰਦੇ ਰਹੇ ਹਾਂ, ਠੀਕ ਦਿੰਦੇ ਰਹੇ, ਸੇਵਾ ਕਰਦੇ ਰਹੇ ਸਾਡੀ। ਹਾਂਜੀ, ਅਸੀਂ ਧੰਨਵਾਦ ਕਰਦੇ ਹਾਂ। ਅਤੇ ਪੰਜਾਬ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ, ਸਾਡੀ ਦੇਖਭਾਲ ਕੀਤੀ ਸੇਵਾ। ਅਸੀਂ ਅੱਜ ਘਰ ਨੂੰ ਚਲੇ ਜਾਣਗੇ ਆਪਣੇ ਪਿੱਛੇ। ਹਾਂਜੀ, ਇੱਥੇ ਦਾਖਲ ਹੋਣ ਲਈ ਇੱਕ ਸਾਡੀ ਨੌਂ ਰਹਿੰਦੀ ਆ, ਇੱਕ ਸਾਡੇ ਤਾਇਆ ਜੀ ਦੀ ਨੌਂ। ਅੱਛਾ, ਹਾਂਜੀ। ਇਹ ਮਰੀਜ਼ ਸਾਡੇ ਕੋਲ ਪਿੰਡ ਮੋਰਾਵਾਲੀ ਤੋਂ 28 ਤਰੀਕ ਲਈ 28-3 ਨੂੰ ਸਾਡੇ ਕੋਲ ਦਾਖਲ ਹੋਇਆ ਸੀ, ਅਤੇ ਇਹ ਪਰਿਵਾਰ ਦੇ ਬਾਕੀ ਮੈਂਬਰ ਵੀ ਸੀ। ਇਹ ਪੋਜ਼ੀਟਿਵ ਕੇਸ ਸੀਗਾ ਕਰੋਨਾ ਦਾ, ਇਸ ਦਾ ਇਲਾਜ ਹੋਇਆ ਅਤੇ ਅੱਜ ਇਹ ਮਰੀਜ਼ ਜਿਹੜਾ ਆ 17 ਤਰੀਕ ਨੂੰ ਅੱਜ ਇਸ ਨੂੰ ਟੈਸਟ ਨੈਗੇਟਿਵ ਹੋਣ 'ਤੇ ਇਹਨੂੰ ਛੁੱਟੀ ਕਰਕੇ ਘਰ ਭੇਜ ਰਹੇ ਹੈਗੇ ਅਸੀਂ। ਸਰ, ਹੋਰ ਇਹਨਾਂ ਦੇ ਘਰ ਦੇ ਕਿੰਨੇ ਕਿਹੜੇ ਪਰਿਵਾਰ ਦੇ ਮੈਂਬਰ ਆਪਣੇ ਕੋਲ? ਇਹਨਾਂ ਦਾ ਬੇਟਾ ਸੀਗਾ ਜੀ, ਇਹਨਾਂ ਦੀ ਨੂੰਹ ਸੀਗੀ ਅਤੇ ਦੋ ਬੱਚੇ ਸੀਗੇ। ਇੱਕ ਇਹਨਾਂ ਦੇ ਇੱਕ ਲੜਕੀ ਸੀਗੀ ਜੀ, ਅਤੇ ਜੋ ਲੜਕੀ ਸੀਗੀ ਤਾਂ ਦੋ ਬੱਚੇ ਸੀ ਉਹ ਤਾਂ ਪਹਿਲਾਂ ਹੀ ਨੈਗੇਟਿਵ ਆਏ ਸੀਗੇ ਜੀ, ਲੇਕਿਨ ਅਸੀਂ ਉਹਨਾਂ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਰੱਖਿਆ ਸੀਗਾ, ਉਹ ਫਿਰ ਨੈਗੇਟਿਵ ਜਦੋਂ ਆਏ ਫਿਰ ਉਹਨਾਂ ਨੂੰ ਛੁੱਟੀ ਕਰ ਦਿੱਤੀ ਸੀਗੀ। ਇੱਕ ਇਹਨਾਂ ਦੇ ਅਣਹੋਣੀ ਘਟਨਾ ਵਾਪਰੀ, ਇਹਨਾਂ ਦੇ ਜੋ ਪਤੀ ਸੀਗੇ ਉਹ ਪੋਜ਼ੀਟਿਵ ਸੀਗੇ, ਥੋੜ੍ਹੀ ਉਹਨਾਂ ਨੂੰ ਪ੍ਰੋਬਲਮ ਆਈ, ਉਹਨਾਂ ਨੂੰ ਅੰਮ੍ਰਿਤਸਰ ਭੇਜਿਆ, ਉੱਥੇ ਉਹਨਾਂ ਦੀ ਡੈਥ ਹੋ ਗਈ ਸੀਗੀ। ਇਹਨਾਂ ਦਾ ਲੜਕਾ ਜਿਹੜਾ ਉਹ ਵੀ ਨੈਗੇਟਿਵ ਆ, ਉਹਨਾਂ ਨੂੰ ਪਹਿਲਾਂ ਅਸੀਂ ਛੁੱਟੀ ਕਰਦੇ ਸੀ ਕੁਛ ਦਿਨ ਪਹਿਲਾਂ, ਇਹ ਨੈਗੇਟਿਵ ਆਏ, ਇਹਨਾਂ ਨੂੰ ਛੁੱਟੀ ਅੱਜ ਕਰ ਦੇਵਾਂਗੇ। ਹੁਣ ਇਹਨਾਂ ਦੀ ਨੂੰਹ ਸਾਡੇ ਕੋਲ ਰਹਿ ਗਈ ਹੈਗੀ ਆ, ਉਹ ਵੀ ਅਸੀਂ ਆਸ ਕਰਦੇ ਹਾਂ ਪਰਮਾਤਮਾ ਭਲੀ ਕਰੇ। ਦੋ ਵਾਰੀ ਸੈਂਪਲ ਲੈ ਕੇ ਉਹਦਾ ਜਿਹੜਾ ਐਜ਼ ਪਰ ਪ੍ਰੋਟੋਕਾਲ ਉਹਨੂੰ ਨੈਗੇਟਿਵ ਕੀਤਾ ਹੈ, ਔਰ ਉਹਨੂੰ ਅਸੀਂ ਅੱਜ ਡਿਸਚਾਰਜ ਕਰ ਦਿੱਤਾ ਹੋਸਪਿਟਲ ਤੋਂ, ਔਰ ਉਹਦੇ ਦੋ ਰਿਸ਼ਤੇਦਾਰ ਹੋਰ ਨੇ ਜਿਹੜੇ ਹਾਲੇ ਸਾਡੇ ਕੋਲ ਦਾਖਲ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਅੰਦਰ। ਔਰ ਇਸ ਤਰੀਕੇ ਨਾਲ ਅਸੀਂ ਜਿੰਨੇ ਹੁਣ ਤੱਕ ਅਸੀਂ ਸੈਂਪਲ ਲਏ ਹਾਂ, ਟੋਟਲ 315 ਸੈਂਪਲ ਹੁਣ ਤੱਕ ਅਸੀਂ ਟੋਟਲ ਲਏ ਹਾਂ, ਜਿਹਦੇ ਵਿੱਚੋਂ 301 ਦੀ ਰਿਪੋਰਟ ਸਾਨੂੰ ਰਿਸੀਵ ਹੋ ਚੁੱਕੀ ਹੈ, ਜਿਹਦੇ ਵਿੱਚੋਂ 295 ਸੈਂਪਲ ਜਿਹੜੇ ਹੈਗੇ ਉਹ ਨੈਗੇਟਿਵ ਆਏ ਹਨ, ਔਰ ਇਹਨਾਂ 'ਚੋਂ 6 ਪੋਜ਼ੀਟਿਵ ਕੇਸਿਸ ਜਿਹੜੇ ਨੇ ਉਹ ਸਾਡੇ ਕੋਲ ਆਏ ਹੋਏ ਹੁਣ ਤੱਕ ਹੋਏ ਨੇ।